ਸੁਖਮੀਤ ਸਿੰਘ ਨਾਂ ਦੇ ਪੰਜਾਬੀ ਕਾਰੋਬਾਰੀ ਨੇ ਪੰਜਾਬ ਤੋਂ ਰਸ਼ੀਆ ਵਿੱਚ ਜਾ ਕੇ ਉੱਥੇ ਵੀ ਜਿੱਤ ਦੇ ਝੰਡੇ ਕੱਢੇ ਨੇ। ਨਾ ਸਿਰਫ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ, ਵੱਡਾ ਸਨਮਾਨ ਵੀ ਹਾਸਲ ਕੀਤਾ ਹੈ। ਆਪਣੇ ਕਾਰੋਬਾਰ ਦੀ ਪੰਜਾਬ ਤੋਂ ਸ਼ੁਰੂਆਤ ਕਰਕੇ ਨਾ ਸਿਰਫ ਉਹਨਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚ ਹਿੱਸਾ ਲਿਆ, ਸਗੋਂ ਰੂਸ ਵਿੱਚ ਹਾਲ ਹੀ ਵਿੱਚ ਕਰਵਾਏ ਗਏ ਗਲੋਬਲ ਮੈਨੂਫੈਕਚਰਿੰਗ ਐਂਡ ਇੰਡਸਟਰੀਲਾਈਜੇਸ਼ਨ ਸਮਿਟ ਵਿੱਚ ਸਥਾਈ ਊਰਜਾ ਵਰਗ ਤਹਿਤ ਗਲੋਬਲ ਮੇਕਰਸ ਚੈਲੰਜ 2019 ਵੀ ਜਿੱਤਿਆ। ਨਜ਼ਦੀਕ ਇਸ ਸਮਿਟ ਦੀ ਸ਼ੁਰੂਆਤ ਰਸ਼ੀਅਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗਈ ਸੀ। 2018 ਵਿੱਚ ਸੁਖਮੀਤ ਸਿੰਘ ਵੱਲੋਂ ਸਥਾਪਿਤ ਕੀਤੀ A2P ਐਨਰਜੀ ਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਇਸ ਮੁਕਾਬਲੇ ਦੌਰਾਨ 83 ਦੇਸ਼ਾਂ ਤੋਂ ਆਈਆਂ 1100 ਤੋਂ ਵੱਧ ਖੁੱਲ੍ਹੀਆਂ ਚੁਣੌਤੀਆਂ ਵਿੱਚੋਂ ਜੇਤੂ ਬਣ ਕੇ ਉਭਰੀ ਹੈ। ਦੱਸ ਦਈਏ ਕਿ ਸੁਖਮੀਤ ਸਿੰਘ ਦੀ A2P ਐਨਰਜੀ ਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਕੰਪਨੀ ਪੰਜਾਬ ਵਿੱਚ ਕਿਸਾਨੀ ਨਾਲ ਸੰਬੰਧਿਤ ਸਭ ਤੋਂ ਪੱਕਦੇ ਵੱਡੇ ਮਸਲੇ ਖੇਤਾਂ ਵਿੱਚ ਪਰਾਲੀ ਜਾਂ ਹੋਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਲਗਾਈ ਜਾਂਦੀ ਅੱਗ ਦੇ ਬਦਲ ਵਜੋਂ ਕੰਮ ਕਰ ਰਹੀ ਹੈ। ਇਹ ਪੰਜਾਬ ਦੇ ਕਿਸਾਨਾਂ ਕੋਲੋਂ ਫਸਲਾਂ ਦੀ ਰਹਿੰਦ ਖੂੰਹਦ ਪਰਾਲੀ ਆਦਿ ਖਰੀਦ ਕੇ ਉਹਨਾਂ ਨੂੰ ਵਾਧੂ ਆਮਦਨ ਕਮਾਉਣ ਦਾ ਜਿੱਥੇ ਮੌਕਾ ਦੇ ਰਹੀ ਹੈ, ਉੱਥੇ ਊਰਜਾ ਸੈਕਟਰ ਦੇ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਵਰਤ ਕੇ ਫਾਇਦੇਮੰਦ ਉਤਪਾਦਾਂ ਵਿੱਚ ਤਬਦੀਲ ਕਰਨ ਦੇ ਵਿੱਚ ਮਦਦ ਵੀ ਕਰ ਰਹੀ ਹੈ। ਸੁਖਮੀਤ ਸਿੰਘ ਮੁਤਾਬਕ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੇ 900 ਟਨ ਝੋਨੇ ਦੀ ਪਰਾਲੀ ਨੂੰ ਬਾਲਣ ਦੇ ਲਈ ਗੱਠਾਂ ਵਿੱਚ ਤਬਦੀਲ ਕੀਤਾ ਹੈ। 13.14 ਲੱਖ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਦੀ ਬਚਤ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ 20 ਤੋਂ 25 ਮਿਲੀਅਨ ਟਨ ਝੋਨੇ ਦੀ ਪੈਦਾਵਾਰ ਕਰਦਾ ਹੈ, ਇਸ ਲਈ ਅਸੀਂ ਇਸ ਖੇਤਰ ਵਿੱਚ ਸੰਭਾਵਨਾਵਾਂ ਦੀ ਚੰਗੀ ਉਮੀਦ ਅਤੇ ਕਲਪਨਾ ਕਰ ਸਕਦੇ ਹਾਂ। ਇੱਕ ਟੈਕਨੋਲੋਜੀ ਸਲਾਹਕਾਰ ਵਜੋਂ ਸੁਖਮੀਤ ਸਿੰਘ TCS, ਸੱਤਿਅਮ ਅਤੇ ਟੈਕ ਮਹਿੰਦਰਾ ਵਰਗੀਆਂ ਵੱਡੀਆਂ ਨਾਮੀ ਕੰਪਨੀਆਂ ਅਤੇ ਅਮਰੀਕਾ, ਇੰਗਲੈਂਡ ਅਤੇ ਦੁਬਈ ਜਿਹੇ ਮੁਲਕਾਂ ਵਿੱਚ ਕੰਮ ਕਰ ਚੁੱਕੇ ਨੇ। ਹਾਲਾਂਕਿ ਵਾਪਸ ਭਾਰਤ ਆ ਕੇ ਉਹਨਾਂ ਦੀ ਇੱਥੋਂ ਦੀਆਂ ਸਮਾਜਿਕ ਸਮੱਸਿਆਵਾਂ 'ਤੇ ਕੰਮ ਕਰਨ ਦੀ ਇੱਛਾ ਸੀ, ਪਰ ਭਾਰਤ ਅਤੇ ਪੰਜਾਬ ਵਿੱਚ ਮੁੱਖ ਤੌਰ 'ਤੇ ਖੇਤੀਬਾੜੀ ਲੋਕਾਂ ਦਾ ਅਤੇ ਉਹਨਾਂ ਦਾ ਮੁੱਖ ਧੰਦਾ ਹੋਣ ਕਰਕੇ ਉਹ ਝੋਨੇ ਦੀ ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਦਾ ਹੱਲ ਕੱਢਣ ਲਈ ਉਤਾਵਲੇ ਹਨ, ਜੋ ਕਿ ਸਮੇਂ ਦੀ ਬੇਹੱਦ ਸਖ਼ਤ ਲੋੜ ਹੈ। ਅਸੀਂ ਬਾਲਰ ਰਿਦਮ ਕੈਂਸਰ ਕੇਅਰ ਵੱਲੋਂ ਇੱਕ ਬ੍ਰੈਸਟ ਕੈਂਸਰ ਦੇ ਇਲਾਜ ਵਾਸਤੇ ਇੱਕ ਲਾਇਨਸ ਫਾਊਂਡੇਸ਼ਨ ਹੈਗੀ ਹੈ, ਉਮੀਦ ਇਨੀਸ਼ੀਏਟਿਵ ਹੈ ਉਹਨਾਂ ਦਾ, ਇੱਕ ਇੰਟਰਨੈਸ਼ਨਲ ਡਰੱਗ ਟ੍ਰਾਇਲ ਵੀ ਉਹਨਾਂ ਨੇ ਵੀ ਸਾਨੂੰ ਕੰਟੈਕਟ ਕੀਤਾ। ਇਹਨਾਂ ਤਿੰਨਾਂ ਔਰਗਨਾਈਜੇਸ਼ਨਸ ਦੇ ਨਾਲ ਰਲ ਕੇ ਜੋ ਵੀ ਭੈਣ ਜਾਂ ਮਾਂ ਜਿਸਨੂੰ ਬ੍ਰੈਸਟ ਕੈਂਸਰ ਹੁਣੇ ਪਤਾ ਲੱਗਦਾ ਹੈ ਜਾਂ ਬ੍ਰੈਸਟ ਕੈਂਸਰ ਦੀ ਵਰਗੀ ਕੋਈ ਸ਼ਿਕਾਇਤ ਹੁੰਦੀ ਹੈ, ਉਹ ਸਾਨੂੰ ਜ਼ਰੂਰ ਕੰਟੈਕਟ ਕਰਨ, ਅਤੇ ਜੇ ਲੋੜਵੰਦ ਹੈਗੇ ਹੈ ਤਾਂ ਉਹਨਾਂ ਦਾ ਦਵਾਈ, ਕੀਮੋਥੈਰੇਪੀ, ਓਪਰੇਸ਼ਨ, ਬਹੁਤ ਹੀ ਮਹਿੰਗੀ ਦਵਾਈ ਜਿਹਨੂੰ ਹਰਸੈਪਟਿਨ ਕਹਿੰਦੇ ਆ, ਉਹ ਟਾਰਗੇਟਿਡ ਥੈਰੇਪੀ ਜਿਹੜੀ ਹੈਗੀ ਹੈ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਟ੍ਰਾਇਲ ਦੇ ਥਰੂ ਤੁਸੀਂ ਇਸ ਨੂੰ ਯੂਜ਼ ਕਰੋ, ਸੰਗਤ ਦਾ ਭਲਾ ਹੋ ਸਕੇ ਅਤੇ ਅਸੀਂ ਹੋਰ ਲੋਕਾਂ ਨੂੰ ਬਿਮਾਰੀ ਤੋਂ ਨਿਜਾਤ ਦਿਲਾ ਪਾਈਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।